ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ 35 ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਅੱਜ ਉਹਨਾਂ ਵੱਲੋਂ ਰੋਡੇ ਪਿੰਡ ਤੋਂ ਆਤਮ ਸਮਰਪਣ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਇੱਕ ਵੀਡੀਓ ਬਣਾ ਕੇ ਸਭ ਤੋਂ ਸੰਗਤਾਂ ਅੱਗੇ ਪੇਸ਼ ਕੀਤੀ ਅਤੇ ਕਿਹਾ ਕਿ ਜਿਵੇਂ ਕਿ ਹੁਣ ਉਹ ਆਤਮ ਸਮਰਪਣ ਕਰ ਰਹੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਿੱਛੇ ਹਟ ਜਾਣਾ, ਤੁਸੀਂ ਅੰਮ੍ਰਿਤ ਛਕਣਾ ਹੈ ਵੱਧ ਚੜ੍ਹ ਕੇ ਅਤੇ ਖੰਡੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨਾ ਹੈ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਵਰਗੇ ਲੱਖਾਂ ਹਜ਼ਾਰਾਂ ਆਉਣਗੇ ਪਰ ਤੁਸੀਂ ਪਿੱਛੇ ਨਹੀਂ ਹਟਣਾ, ਅੰਮ੍ਰਿਤ ਛਕਣਾ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਸਾਨੂੰ ਉੱਦਾਂ ਵੀ ਫੜ ਸਕਦੀ ਸੀ ਪਰ ਇਹ ਸਭ ਕੁਝ ਕਰਕੇ ਹਿੰਦੁਸਤਾਨ ਦੀ ਹਕੂਮਤ ਨੇ ਆਪਣਾ ਚਿਹਰਾ ਨੰਗਾ ਕਰ ਦਿੱਤਾ ਹੈ। ਧੰਨਵਾਦ। ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਅੱਗੇ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਧੰਨਵਾਦ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਹਜ਼ੂਰੀ 'ਚ ਜੁੜ ਕੇ ਬੈਠੇ ਹਾਂ। ਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ। ਕਾ ਜੀ ਕੀ ਰੱਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਵਿੱਤਰ ਸਥਾਨ 'ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਨਾਲੇ ਦਾ ਜਨਮ ਸਥਾਨ ਹੈ, ਜਿਸ ਸਥਾਨ ਤੋਂ ਮੇਰੀ ਦਸਤਾਰਬੰਦੀ ਹੋਈ ਅਤੇ ਆਪਾਂ ਕੌਮ ਦਾ ਇਹ ਕਾਰਜ ਰੰਭਿਆ। ਅੱਜ ਉਸੇ ਸਥਾਨ 'ਤੇ ਇਸ ਕੌਮੀ ਕਾਰਜ ਨੂੰ ਚੱਲਦਿਆਂ ਇੱਕ ਜੀਵਨ ਦੇ ਬੜੇ ਅਹਿਮ ਮੋੜ 'ਤੇ ਆਪਾਂ ਆਣ ਕੇ ਖੜ੍ਹੇ ਹਾਂ। ਪਿਛਲੇ ਇੱਕ ਮਹੀਨੇ ਤੋਂ ਜੋ ਕੁਝ ਵਾਪਰਿਆ ਹੈ ਉਹ ਤੁਸੀਂ ਸਾਰਾ ਕੁਝ ਵੇਖਿਆ, ਮੈਂ ਦੁਹਰਾਉਣਾ ਨਹੀਂ। ਥੋੜ੍ਹੇ ਸਮੇਂ 'ਚ ਸੰਖੇਪ 'ਚ ਆਪਾਂ ਗੱਲ ਵੇਖ ਦੇਣੀ ਹੈ। ਇੱਕ ਮਹੀਨਾ ਪਹਿਲਾਂ ਜੋ ਹਕੂਮਤ ਨੇ ਜਬਰ ਸਿੱਖਾਂ 'ਤੇ ਢਾਇਆ, ਉਸ ਜਬਰ ਨੂੰ ਜਿਹੜਾ ਪ੍ਰਤੱਖ ਇਸ ਕਰਕੇ ਹੋ ਗਿਆ, ਜੇਕਰ ਲਈ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਹਨਾਂ ਨਾਲ ਮੈਂ ਸਹਿਯੋਗ ਵੀ ਕਰਦਾ, ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆ ਭਰ ਦੇ ਸਾਹਮਣੇ ਹੋਇਆ, ਜੋ ਸਿੱਖ ਨੌਜਵਾਨਾਂ 'ਤੇ ਜਬਰ ਢਾਇਆ ਗਿਆ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ, ਦੁਨਿਆਵੀ ਕਚਹਿਰੀ 'ਚ ਅਸੀਂ ਦੋਸ਼ੀ ਹੋ ਸਕਦੇ ਹਾਂ। ਸੋ ਇੱਕ ਮਹੀਨੇ ਤੋਂ ਬਾਅਦ 'ਚ ਅਸੀਂ ਅੱਜ ਫੈਸਲਾ ਕੀਤਾ ਵੀ ਇਸ ਧਰਤੀ 'ਤੇ ਲੜੇ ਹਾਂ, ਇਸ ਧਰਤੀ 'ਤੇ ਲੜਾਂਗੇ, ਧਰਤੀ ਛੱਡ ਕੇ ਵੀ ਕਿਤੇ ਨਹੀਂ ਜਾਂਦੇ। ਸੋ ਇਸ ਕਰਕੇ ਜਿਹੜੇ ਇਹ ਝੂਠੇ ਕੇਸ ਸਾਡੇ 'ਤੇ ਪਰਚੇ ਪਏ ਨੇ ਇਹਨਾਂ ਦਾ ਸਾਹਮਣਾ ਅਸੀਂ ਅਦਾਲਤ 'ਚ ਕਰ ਲਾਂਗੇ। ਅਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ। ਦੇਖੋ ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਨਾ ਤਾਂ ਏਡੇ ਘੇਰਿਆਂ 'ਚੋਂ ਨਿਕਲ ਜਾਣਾ ਸੰਭਵ ਹੁੰਦਾ, ਸੰਗਤ ਦੀਆਂ ਅਰਦਾਸਾਂ ਤੋਂ ਬਿਨਾਂ ਨਾ ਤਾਂ ਇੰਨਾ ਲੰਮਾ ਸਮਾਂ ਜਿਹੜਾ ਰੂਪੋਸ਼ ਹੋ ਜਾਣਾ ਸੰਭਵ ਹੁੰਦਾ। ਇਹ ਸੰਗਤ ਦੀਆਂ ਅਰਦਾਸਾਂ ਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ। ਅੱਜ ਉਸੇ ਅਸਥਾਨ ਦੇ ਉੱਤੇ ਅਸੀਂ ਆਪ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ। ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ, ਇਹ ਸ਼ੁਰੂਆਤ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਝੂਠ ਦਾ ਪਲੰਦਾ ਸਾਡੇ ਖਿਲਾਫ਼ ਸਿਰਜਿਆ ਗਿਆ ਇਹਨੂੰ ਭੰਨਦਾ ਸੰਸਾਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨੂੰ ਭੰਨਣਗੇ ਅਤੇ ਸੇਧੇ ਹੀ ਸੰਗਤਾਂ ਦੇ ਜਿਹੜੇ ਅਸੀਂ ਰੂਬਰੂ ਜਿਹੜਾ ਸਨਮੁੱਖ ਹੋ ਕੇ ਸੰਗਤਾਂ 'ਚ ਵਿਚਰਾਂਗੇ। ਜਿਹੜੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਜਿਹੜੀ ਖਾਲਸਾ ਵਹੀਰ ਅਸੀਂ ਸ਼ੁਰੂ ਕੀਤੀ, ਸਤਿਗੁਰ ਨੇ ਸਾਡੇ ਕੋਲੋਂ ਆਪ ਕਰਾਈ ਹੈ, ਉਸ ਖਾਲਸਾ ਵਹੀਰ ਨੂੰ ਮੁੜ ਅਰੰਭਾਂਗੇ। ਪਰ ਨੌਜਵਾਨਾਂ ਨੂੰ ਇੱਕ ਮੇਰੀ ਅਪੀਲ ਹੈ ਵੀ ਜਿਸ ਖੰਡੇ ਪਾਟੇ ਦੀ ਜਿਹੜੀ ਪੌਲ ਛੱਕ ਰਹੇ ਸੀ ਅਸੀਂ, ਜਿਹੜੇ ਨਸ਼ਿਆਂ ਤੋਂ ਦੂਰ ਹੋ ਰਹੇ ਸੀ, ਉਸ ਤੋਂ ਤੰਗ ਆ ਕੇ ਹਕੂਮਤ ਨੇ ਸਾਰਾ ਕੁਝ ਕੀਤਾ ਅਤੇ ਹਕੂਮਤ ਤਾਂ ਜਿੱਤ ਸਕਦੀ ਹੈ ਜੇ ਅਸੀਂ ਖੰਡੇ ਪਾਟੇ ਦੀ ਪੌਲ ਤੋਂ ਭਗੌੜੇ ਹੋ ਜਾਈਏ। ਪਰ ਜੇ ਅੱਜ ਅਸੀਂ ਇਸ ਦਾ ਜਵਾਬ ਇਸ ਤਰੀਕੇ ਨਾਲ ਦਈਏ ਵੀ ਵੱਧ ਚੜ੍ਹ ਕੇ ਨੌਜਵਾਨ ਖੰਡੇ ਪਾਟੇ ਦੀ ਪੌਲ ਛੱਕਣ, ਨਸ਼ੇ ਤਿਆਗ ਕੇ ਗੁਰੂ ਦੇ ਲੜਨ ਲੱਗਣ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ, ਅਤੇ ਫਿਰ ਹਕੂਮਤ ਸਾਨੂੰ ਨਹੀਂ ਹਰਾ ਸਕਦੀ। ਸੋ ਮੇਰੀ ਨੌਜਵਾਨਾਂ ਨੂੰ ਇਹ ਬੇਨਤੀ ਹੈ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਇੱਦਾਂ ਨਹੀਂ ਸਮਝਣਾ ਕਿ ਹੁਣ ਅਸੀਂ ਅੰਮ੍ਰਿਤ ਨਹੀਂ ਛੱਡਣਾ, ਅੰਮ੍ਰਿਤ ਗੁਰੂ ਦਾ ਹੈ, ਸਾਡੇ ਵਰਗੇ ਹਜ਼ਾਰਾਂ ਆਉਣਗੇ, ਹਜ਼ਾਰਾਂ ਜਾਣਗੇ। ਸੋ ਇਸ ਕਰਕੇ ਤੁਸੀਂ ਅੰਮ੍ਰਿਤ ਛੱਕਣਾ, ਖੰਡੇ ਪਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੋਣਾ, ਸ਼ਸਤਰਧਾਰੀ ਹੋ ਕੇ ਜੀਵਨ ਬਤੀਤ ਕਰਨਾ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਸ਼ੁਕਰਾਨਾ ਸਾਰੀ ਸੰਗਤ ਦਾ ਕਰਦਾ। ਸਾਰੀ ਸੰਗਤ ਨੇ ਜਿੰਨਾ ਪ੍ਰੇਮ ਬਖਸ਼ਿਆ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰ ਕਿਰਪਾ ਕਰਨ, ਤੁਸੀਂ ਅਰਦਾਸ ਬੇਨਤੀ ਜਾਰੀ ਰੱਖਣੀ ਹੈ ਕਿਉਂਕਿ ਤੁਹਾਡੀਆਂ